हां जी प्यारे विद्यार्थियों फिर तो ਤੁਹਾਡਾ ਸਵਾਗਤ ਹੈ ਇੱਕ ਨਵੇਂ ਵੀਡੀਓ ਦੇ ਨਾਲ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਚੈਨਲ ਦੇ ਉੱਪਰ ਸੋ ਇੱਕ ਨਵੀਂ ਇਨਫੋਰਮੇਸ਼ਨ ਤੁਹਾਡੇ ਲਈ ਲੈ ਕੇ ਆਇਆਗਾ ਜੋ ਹੈ P ट्रिपल एसपी ਵੱਲੋਂ ਸੋ ਜੇ P ट्रिपल एसपी ਦੇ ਲਈ ਤੁਸੀਂ ਜੇ ਕਿਸੇ ਵੀ ਪੋਸਟ ਲਈ ਅਪਲਾਈ ਕੀਤਾ ਹੋਇਆ ਹੈ ਤਾਂ ਐਗਜ਼ਾਮ ਡੇਟਸ ਜਿਹੜੀ ਹੈਗੀਆਂ ਨੇ ਉਹ ਘੋਸ਼ਿਤ ਕਰ ਦਿੱਤੀ ਗਈਆਂ ਨੇ ਜਾਨੀ ਕਿ ਡਿਕਲੇਅਰ ਕਰ ਦਿੱਤੀਆਂ ਗਈਆਂ ਨੇ ਸੋ ਕਿਹੜੇ ਐਗਜ਼ਾਮ ਦੀ ਕਿਹੜੀ ਡੇਟ ਹੈ ਉਹ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲਣ ਵਾਲੀ ਹੈ ਸੋ ਬਿਨਾਂ ਸਕਿਪ ਕੀਤੇ ਵੀਡੀਓ ਨੂੰ ਧਿਆਨ ਨਾਲ ਦੇਖੋ ਤਾਂ ਕਿ ਤੁਸੀਂ ਆਪਣੀ ਜਿਹੜੀ ਤਿਆਰੀ ਹੈ ਉਹ ਆਰੰਭ ਕਰ ਸਕੋ ਸੋ ਜੀ ਪਹਿਲਾ ਆਪਾਂ ਐਗਜ਼ਾਮ ਦੀ ਗੱਲ ਕਰੀ ਉਹ ਹੈ ਜੂਨੀਅਰ ਸਕੇਲ ਸਟੈਨੋਗ੍ਰਾਫਰ ਤਾਂ ਇਹਦਾ ਐਗਜ਼ਾਮ ਦੀ ਜਿਹੜੀ ਟੈਂਟੇਟਿਵ ਡੇਟ ਪਾਈ ਉਹ ਪਾਈ ਹੈ ਜੀ 31 ਅਗਸਤ 2024 ਅਤੇ ਇਸ ਦਾ ਜਿਹੜਾ ਸਕਿੱਲ ਟੈਸਟ ਹੈ ਉਹ ਲਿਆ ਜਾਵੇਗਾ 15 ਸਪਟੰਬਰ 2024 ਨੂੰ ਇਸੇ ਤਰ੍ਹਾਂ ਅਗਲਾ ਜਿਹੜਾ ਪੇਪਰ ਹੋਇਆ ਸਟੈਨੋ ਟਾਈਪਿਸਟ ਦਾ ਜੀ ਇਹ ਲਿਆ ਜਾਵੇਗਾ 31 ਅਗਸਤ ਨੂੰ ਹੀ ਤੇ ਇਹਦਾ ਵੀ ਸਕਿੱਲ ਟੈਸਟ ਹੋਵੇਗਾ 15 ਸਪਟੰਬਰ 2024 ਨੂੰ ਅਗਲਾ ਪੇਪਰ ਆਪਕਲ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦਾ ਤਾਂ ਇਹਦੀਆਂ 20 ਪੋਸਟਾਂ ਦੇ ਲਈ ਇਗਜ਼ਾਮ ਹੋਵੇਗਾ 14 ਸਤੰਬਰ 2024 ਨੂੰ ਤੇ ਸਕਿੱਲ ਟੈਸਟ ਹੋਵੇਗਾ 24 ਸਤੰਬਰ 2024 ਨੂੰ ਅਗਲੀ ਜਿਹੜੀ ਪੋਸਟ ਹੈ ਉਹ ਹੈ ਗਲਾਸ ਬਲੂਅਰ ਕੰਮ ਸਟੋਰ ਕੀਪਰ ਦੀ ਤਾਂ ਇਹਦਾ ਪੇਪਰ ਹੋਵੇਗਾ 29 ਸਤੰਬਰ ਨੂੰ ਲਾਇਬ੍ਰੇਰੀਅਨ 29 ਸਤੰਬਰ ਏਸੀ অপারেਟਰ ਕੰਮ ਮਕੈਨਿਕ 29 ਸਤੰਬਰ ਉਸ ਤੋਂ ਬਾਅਦ ਪ੍ਰੋਗਰਾਮਰ ਅਤੇ ਅਗਲਾ ਹੈਗਾ ਤੁਹਾਡਾ ਜੂਨੀਅਰ ਇੰਜੀਨੀਅਰ ਜੂਨੀਅਰ এনवायरमेंटਲ ਇੰਜੀਨੀਅਰ ਇਹਨਾਂ ਦਾ ਪੇਪਰ ਹੋਵੇਗਾ ਜੂ 29 ਸਤੰਬਰ 2024 ਨੂੰ ਨੈਕਸਟ ਇਗਜ਼ਾਮ ਹੈ ਜੂਨੀਅਰ ਸਾਇੰਟਿਫਿਕ ਆਫੀਸਰ ਦੇ 7 ਪੋਸਟਾਂ ਦੇ ਲਈ ਤਾਂ ਇਹ ਇਗਜ਼ਾਮ ਹੋਵੇਗਾ ਇਹ ਵੀ 29 ਸਤੰਬਰ 2024 ਨੂੰ ਅਸਿਸਟੈਂਟ ਪ੍ਰੋਗਰਾਮਰ 29 ਸਤੰਬਰ 2024 ਫਿਰ ਹੈ ਕੇਅਰ ਟੇਕਰ ਇਹ ਵੀ 29 ਸਤੰਬਰ ਲਾ ਆਫੀਸਰ 29 ਸਤੰਬਰ ਤੇ ਡਾਟਾ ਐਂਟਰੀ ਆਪਰੇਟਰ ਇਹ ਵੀ 29 ਸਤੰਬਰ ਨੂੰ ਲਿਆ ਜਾਵੇਗਾ ਤੇ ਇਹਦੇ ਲਈ ਸਕਿੱਲ ਟੈਸਟ ਹੋਵੇਗਾ ਜੀ 13 ਅਕਤੂਬਰ 2024 ਨੂੰ ਫਿਰ ਹੈ ਲਾਇਬ੍ਰੇਰੀ ਸਹਾਇਕ ਤੇ ਸਹਾਇਕ ਲਾਇਬ੍ਰੇਰੀਅਨ ਇਹਨਾਂ ਦੀ ਪ੍ਰੀਖਿਆ ਵੀ 29 ਸਤੰਬਰ ਨੂੰ ਲਈ ਜਾਵੇਗੀ ਤੇ ਲਾਸਟ ਹੈ ਤੁਹਾਡੀ ਲਾਇਬ੍ਰੇਰੀਅਨ ਦੀ ਪ੍ਰੀਖਿਆ ਇਹ ਵੀ 29 ਸਤੰਬਰ 2024 ਨੂੰ ਹੀ ਕੰਡਕਟ ਕੀਤੀ ਜਾਵੇਗੀ। ਸੋ ਇਹਨਾਂ ਵਿੱਚੋਂ ਕਿਸੇ ਵੀ ਪ੍ਰੀਖਿਆ ਦੇ ਲਈ ਬਹੁਤ ਹੀ ਸ਼ਾਨਦਾਰ ਸਟੱਡੀ ਮਟੀਰੀਅਲ, ਥਿਊਰੀ, ਐਮਸੀਕਿਊ ਮਾਂ ਬੋਲੀ ਪੰਜਾਬੀ ਅਤੇ ਇੰਗਲਿਸ਼ ਵਿੱਚ ਪ੍ਰਾਪਤ ਕਰਨ ਦੇ ਲਈ ਸੰਪਰਕ ਕਰ ਸਕਦੇ ਹੋ 9569677123 9569677123 ਦੇ ਉੱਪਰ ਬਹੁਤ ਹੀ ਬਾਜੂ ਫੀਸ ਦੇ ਵਿੱਚ ਨੋਟਸ ਉਪਲਬਧ ਨੇ। ਇਹ ਜਾਣਕਾਰੀ ਸਭ ਨਾਲ ਸਾਂਝੀ ਕਰਨਾ ਨਾ ਭੁੱਲੋ। ਅਤੇ ਸਬਸਕ੍ਰਿਪਸ਼ਨ ਦਾ ਬਟਨ ਵੀ ਜਰੂਰ ਦਬਾ ਲਵੋ ਥੈਂਕ ਯੂ ਥੈਂਕਸ ਫॉर ਵਾਚਿੰਗ